Like the video, subscribe to the channel and press the bell icon for latest video update. ये देखो ये बहुत बड़ी ट्रेजेडी है एंड जिहड़े मरण वाले हैं पर साहब बहुत गरीब आदमी है जिहड़े अफोर्ड नहीं कर सकते ठेके दी शराब ते शराब दी उन्हां नूं लत लगी हुई है ये वो लोग हैं एंड सब तो बड़ा मजाक किया जिहड़ा उन्हां नूं कहा 2-2 लाख रुपया दे दिता 2 लाख एक आदमी की कीमत पाई है इन्होंने एंड देखो जे कहना यह हम डिफेंस कह रहे हैं इन्ने लीटर लान फड़ी गई व्हाट डज इट मीन थोड़ी गवर्नेंस दे विच इन्नी इंफ्रिंजमेंट ऑफ लॉ हो रहा है मोर रजिस्ट्रेशन ऑफ केस मीन्स मोर क्राइम इट डजंट मीन यू आर कंट्रोलिंग क्राइम इट मीन्स क्राइम ठीक कहते असि इन्नी इन्नी फड़ ली हीरोइन फड़ ली इन्नी फीम फड़ ली इन्नी लान फड़ ली इट मीन्स अनबेटेड चल रही है ताई फड़ रहे हो ना तुसी ट्रैफिकिंग हो रही है ता फड़ रहे हो इन्हां दी काम तो इन्हां नूं करनी दिंदे इन्हां दी सस्पेंशन जस्टिफाइड या कि नहीं जस्टिफाइड पहले इहदे बारे टोटली अनजस्टिफाइड सस्पेंशन इज नो पनिशमेंट इन लॉ देखो स्वाद दी गल तां है कि जिन्हों तुसी कहंदे हो रिस्पोंसिबल है उन्हों चार्जशीट करो चार्जशीट करके उहदी इंक्वायरी लॉजिकल कंक्लूजन ते लैके जाओ ਉਹਨੂੰ ਪਨਿਸ਼ਮੈਂਟ ਦਿਓ ਸਸਪੈਂਸ਼ਨ ਤਾਂ ਕੋਈ ਪਨਿਸ਼ਮੈਂਟ ਨਹੀਂ ਸਸਪੈਂਸ਼ਨ ਕਰਨੀ ਨਹੀਂ ਚਾਹੀਦੀ ਰੇਅਰੈਸਟ ਆਫ ਰੇਅਰ ਕੇਸ ਸਸਪੈਂਸ਼ਨ ਇਸ ਪਰਪਸਲੀ ਕਰੀ ਜਾਂਦੀ ਹੈ ਕਿ ਉਹ ਅਫਸਰ ਇਨਕੁਆਇਰੀ ਨੂੰ ਇਨਫਲੂਐਂਸ ਨਾ ਕਰੇ ਦਰਸ਼ਕੋ ਇਹ ਖਬਰ ਹੈਗੀ ਤਰਨ ਤਾਰਨ ਵਿੱਚ ਜ਼ਹਿਰੀਲੀ ਸ਼ਰਾਬ ਨਾਲ 42 ਹੋਰ ਮੌਤਾਂ ਗਿਣਤੀ 63 ਹੋਈ ਇਹ ਕੁੱਲ ਮਿਲਾ ਕੇ 3 ਜ਼ਿਲ੍ਹਿਆਂ ਵਿੱਚ 86 ਦੀ ਗਿਣਤੀ ਹੋ ਰਹੀ ਹੈ ਸ਼ਮਸ਼ਾਨ ਘਾਟ 'ਚ ਸੰਸਕਾਰ ਲਈ ਨਹੀਂ ਮਿਲ ਰਹੀ ਜਗ੍ਹਾ ਕੈਪਟਨ ਸਾਹਿਬ ਨੇ ਕਰ ਅਤੇ ਆਬਕਾਰੀ ਵਿਭਾਗ ਦੇ 7 ਜਿਹੜੇ ਅਫਸਰ ਸਸਪੈਂਡ ਕੀਤੇ ਅਤੇ 6 ਪੁਲਿਸ ਅਧਿਕਾਰੀ ਮੁਅੱਤਲ ਕੀਤੇ ਹੈਗੇ ਆ ਹੋਰ ਵੀ ਇਹਨਾਂ ਨੇ ਫੜੋ ਫੜਾਈ ਕੀਤੀ 17 ਕਾਬੂ ਹੈਗੇ ਇੱਕ ਔਰਤ ਕਾਬੂ ਕੀਤੀ ਆ ਟਰਾਂਸਪੋਰਟਰ ਮਾਲਕ ਅਤੇ ਢਾਬਾ ਵੀ ਉਹ ਕੀਤੇ ਹੈਗੇ ਇਹ ਅਨਫੋਰਚੁਨੇਟ ਕੁਛ ਕੁ ਦੀਆਂ ਇਹ ਤਸਵੀਰਾਂ ਹੈਗੀਆਂ ਜਿਹੜਾ ਇਹ ਹੂਚ ਟ੍ਰੈਜਡੀ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਨਹੀਂ ਰਹੇ ਇਸ ਦੁਨੀਆ ਵਿੱਚ ਇਸੇ ਦੌਰਾਨ ਸੁਖਵੀਰ ਸਿੰਘ ਬਾਦਲ ਨੇ ਕਿਹਾ ਹੈਗਾ ਮੌਤਾਂ ਲਈ ਮੁੱਖ ਮੰਤਰੀ ਅਤੇ ਉਸਦੇ ਵਿਧਾਇਕ ਜ਼ਿੰਮੇਵਾਰ ਮਾਮਲੇ CBI ਦੀ ਜਾਂਚ ਹੋਣੀ ਚਾਹੀਦੀ ਹੈ ਇਸੇ ਸੰਬੰਧ ਵਿੱਚ ਡਿਟੇਲ ਵਿੱਚ ਅਸੀਂ ਐਕਸ MLA ਹਰੀਸ਼ ਰਾਏ ਢਾਂਡਾ ਜੀ ਨਾਲ ਗੱਲਬਾਤ ਕੀਤੀ ਆ ਉਹ ਗੱਲਬਾਤ ਦੇ ਅੰਸ਼ ਇਲਜ਼ਾਮ ਲੱਗਦੇ ਹੈਗੇ ਆ ਇਹ ਇੱਕ ਪੋਲੀਟੀਸ਼ੀਅਨ ਪੁਲਿਸ ਅਫਸਰ ਦਾ ਇੱਕ ਮਾਫੀਆ ਵਿੱਚ ਨੈਕਸਸ ਹੈਗਾ ਵਾਕਿਆ ਇਹ ਪੰਜਾਬ ਇਜ਼ ਇਟ ਵਰਥ ਲਿਵਿੰਗ ਬੜਾ ਦੁੱਖ ਹੁੰਦਾ ਹੈਗਾ ਮੈਨੂੰ ਤਾਂ ਇਹੋ ਇੱਦਾਂ ਗੱਲਾਂ ਸੁਣ ਕੇ ਜਦੋਂ ਆਫਟਰ 11 ਦੋਸਤਾਂ 'ਚ ਗੱਲ ਕਰੀ ਸੀ ਵਿਸ਼ਿਆਂ ਨੂੰ ਅਸੀਂ ਗੰਭੀਰ 'ਤੇ ਡਿਸਕਸ ਕਰਾਂਗੇ ਅਸੀਂ ਖਾਸ ਤੌਰ 'ਤੇ ਰਿਕੁਐਸਟ ਕੀਤੀ ਸੀ ਸ਼੍ਰੀ ਹਰੀਸ਼ ਰਾਏ ਢਾਂਡਾ ਜੀ ਨੂੰ ਸਾਬਕਾ MLA ਨੇ ਬਹੁਤ ਰਿਨਾਊਂਡ ਐਡਵੋਕੇਟ ਨੇ ਪੰਜਾਬ ਐਂਡ ਹਰਿਆਣਾ ਬਾਰ ਕੌਂਸਲ ਦੇ ਚੇਅਰਮੈਨ ਰਹਿ ਚੁੱਕੇ ਆ ਮੌਜੂਦਾ ਮੈਂਬਰ ਹੈਗੇ ਢਾਂਡਾ ਸਾਹਿਬ ਬਹੁਤ ਅਫਸੋਸ ਨਾਲ ਤੁਸੀਂ ਇਹ ਜਿਹੜੀਆਂ ਮੌਤਾਂ ਦੇਖੀਆਂ ਹੈਗੀਆਂ ਪਿੱਛੇ ਚਲੋ ਗਰੀਬ ਲੋਕੀ ਹੈਗੇ ਆ ਕੋਈ ਕੰਮ ਨਹੀਂ ਕੋਈ ਕਾਰ ਨਹੀਂ ਕਿਤੇ 20-30 ਰੁਪਏ ਦੀ ਕੋਈ ਤੇ ਸ਼ਰਾਬ ਲੈ ਕੇ ਪੀ ਲਈ ਹੈਗੀ ਆ ਇਹ ਇਲਜ਼ਾਮ ਹੋਏਗਾ ਮਤਲਬ ਬੜਾ ਦੁੱਖ ਲੱਗਦਾ ਕੀ ਕਹਿਣਾ ਚਾਹੁੰਦੇ ਆ ਇਹਦੇ ਬਾਰੇ ਗਵਰਨੈਂਸ ਬਾਰੇ ਪਹਿਲਾਂ ਕੀ ਕਹਿਣਾ ਚਾਹੁੰਦੇ ਆ ਹੌਲੀ ਹੌਲੀ ਬਾਕੀ ਪੁਆਇੰਟ ਸਾਰੇ ਡਿਸਕਸ ਕਰਦੇ ਅੱਜ ਜਿਹੜੀ ਪ੍ਰੈਜ਼ੈਂਟ ਗਵਰਨਮੈਂਟ ਹੈ ਟੋਟਲ ਕੋਲੈਪਸ ਕੀਤੀ ਹੋਈ ਹੈ ਲਾਅ ਐਂਡ ਆਰਡਰ ਤੇ ਤੇ ਗਵਰਨੈਂਸ ਤੇ ਹਾਂਜੀ ਕਿਸੇ ਕਿਸਮ ਦਾ ਕੋਈ ਕੰਟਰੋਲ ਨਹੀਂ ਹੈ ਮੈਂ ਦੇਖੋ ਸਭ ਤੋਂ ਪਹਿਲਾਂ ਆਪਾਂ ਪਹਿਲਾਂ ਡਿਸਕਸ ਕੀਤਾ ਜਦ ਰੈਵਨਿਊ ਲਾਸ ਹੋਇਆ ਤੇ ਡਿਸਟਿਲਰੀਜ਼ ਤੋਂ ਜਾਂਦਾ ਹੈ ਹਾਂਜੀ ਹਾਂਜੀ ਇਸ ਟਾਈਮ ਆਪਣੇ ਵਰਗੇ ਲੋਕਾਂ ਨੇ ਇਹ ਇਸ਼ੂਜ਼ ਨੂੰ ਹਾਈਲਾਈਟ ਕੀਤਾ ਅੱਜ ਡਿਸਟਿਲਰੀਜ਼ ਚੋਂ ਇੱਕ ਤੁੱਕਾ ਬਾਹਰ ਨਹੀਂ ਜਾਂਦਾ ਇਸ ਪੰਜਾਬ 'ਚ ਐਂਡ ਪੰਜਾਬ ਦੀ ਸੇਲਸ ਵੱਧ ਗਈ ਇਹ ਗਵਰਨਮੈਂਟ ਨੂੰ ਵੀ ਇਸ ਚੀਜ਼ ਦੀ ਨੌਲੇਜ ਹੋਣੀ ਚਾਹੀਦੀ ਹੈ ਕਿ ਹੁਣ ਜਦ ਡਿਸਟਿਲਰੀ ਚੋਂ ਨਹੀਂ ਜਾਂਦੀ ਤਾਂ ਹੁਣ ਹੂਚ ਬਣਦੀ ਇਹ ਜਿਹੜੀ ਹੂਚ ਹੈ ਇਹ ਸਪਿਰਿਟ ਤੋਂ ਬਣਦੀ ਹੈ ਜਿਹੜੀ ਇੰਡਸਟਰੀਅਲ ਗ੍ਰੇਡ ਸਪਿਰਿਟ ਹੁੰਦੀ ਹੈ ਉਹਦੇ ਤੋਂ ਬਣਦੀ ਹੁਣ ਇਹ ਗੱਲਾਂ ਕਰੀ ਜਾਂਦੇ ਆ ਪੋਲੀਟੀਸ਼ੀਅਨ ਸਾਰੇ ਜੀ ਇੰਨੀ ਲਾਹਨ ਫੜ ਲਈ ਇੰਨੇ ਬੰਦੇ ਫੜ ਲਏ ਇਨਫੈਕਟ ਦਰਿਆ ਦੇ ਕੰਢੇ ਤੇ ਜਿੰਨੇ ਬੇਚਾਰੇ ਗਰੀਬ ਲੋਕ ਰਹਿੰਦੇ ਆ ਕੋਈ ਨੌਜਵਾਨ ਨਹੀਂ ਛੱਡਿਆ ਜਿਹਦੇ ਤੇ ਲਾਹਨ ਨਹੀਂ ਪਾ ਦਿੱਤੀ ਤੇ ਜਿਹੜੇ ਫੜ ਫੜ ਕੇ ਅੰਦਰ ਨਹੀਂ ਕਰਤਾ ਪੁਲਿਸ ਅੱਛਾ ਜੀ ਇੱਕ ਜਿਹੜੀ ਐਕਸਾਈਜ਼ ਪਾਲਿਸੀ ਹੈ ਹਾਂਜੀ ਇਹ ਪਾਲਿਸੀ ਦੇਖੋ ਇੱਕ ਚੀਜ਼ ਤਾਂ ਐਕਸੈਪਟ ਕਰਦੀ ਹੈ ਕਿ ਸ਼ਰਾਬ ਲੋਕ ਪੀ ਸਕਦੇ
जे शराब लोग पी सकते हैं तो जिहड़ी देसी शराब है सस्ती शराब है वो गरीब इंसान पींदा है, जिहड़ा अमीर आदमी पींदा है वह तो अपनी इनकम का शायद एक अद्धा परसेंट ही यूज करता है शराब से, अपनी इनकम का 50% तो भी वध खर्च करता, 500 दी 400 दी 300 दी दिहाड़ी करता बंदा, उस टाइम से तो ठेके से जाता उतो 100-150 का अधिया बोतल ले लें, महंगी की हुई है टैक्स इन्ने लगाए हुए हैं कि गरीब आदमी फिर सस्ते एवेन्यूज लगता, यही सस्ते एवेन्यूज के चक्कर से डिस्टिलरी चो निकल निकल के बिकती, ये करके लोकल डिस्टिलेशन होंगी है, लोकल डिस्टिलेशन किस जमाने का बहुत होंगी सी, हम दरियावां के कंढे ते बहुत ज्यादा ट्रेंड नहीं, लोग इन्ने ज्यादा इनवॉल्व नहीं है, है थोड़ा, पर जी उच है ये पंजाब लिए अननोन सी रेयरली, ये जी स्पिरिट तो बनाते हैं ये पर साहब होंगी है मैथनॉल, मैथनॉल सैपरेट नहीं की होंगी एथनॉल, की करते हैं इनू परात च पाते हैं ते तिली ला के अग लाते हैं ते अग बुझा लेंगे, क्योंकि ये लाइटर होंगी है घट हीट ते वेपोरेट होंगी है, सो उन्हों का एक्सपीरियंस है कि तत्ता जला लो तो मैथनॉल खत्म हो जाती है, पर कई बार यह जहा देसी तरीका कामयाब नहीं होंगे, जो कामयाब नहीं होंगे फिर यह मौत होंगी, ये नहीं कि यही बिकी है मौत हो गई, यह रोज बिकती होनी है पूरे पंजाब च कोने कोने च बिकती होनी, ये तो एक मैथनॉल वाला सर्कल बंडिया गया लोगों के विच एंड सीधी नर्व ते अटैक कर दी है, जे तो घट हो ब्लाइंडनेस कर दी है, जे ज्यादा हो जाती है तो मौत कर देती है, किडनी ते वाइटल ऑर्गन्स खत्म हो जाते हैं, नर्वस सिस्टम किल हो जाता है। हाँ जी, ये टंडा साहब जे मतलब रिस्पोंसिबिलिटी फिक्स करनी हो सब डिविजन से डीएसपी है थानेदार उसके थले है वैसे तो डीएसपी के थानेदार एक एक इंच की खबर होंगी हैगी उन्होंने भी वेस्टड इंटरस्ट हो सकते, कुछ एमएलए का भी प्रेशर हो सकता, एक पूरा माफिया हैगा, ईवन जे एक्साइज वाले ईटीओ या इंस्पैक्टर भी होंगे है, कि प्राइमरली तुम जिम्मेवारी फिक्स कर दो इस हूच ट्रैजडी जे फिक्स करनी हो मैन हू होल्ड्स द क्राउन। देखो ये बड़ा सौख है कि हदायत दे दतिया गई हैं, सख्त हुक्म कर दते गए हैं, पुलिस नु भी कहता एक्साइज नु भी कहता एक तुक्का ना बिके, इहदा मतलब पहला हुक्म नहीं किते हुए सी, पहले भी हुक्म किते सी चलदे नहीं सी, नहीं नहीं ये देखो ये बहुत बड़ी ट्रेजेडी है एंड जिहड़े मरण वाले हैं पर साहब बहुत गरीब आदमी है जिहड़े अफोर्ड नहीं कर सकते ठेके की शराब ते शराब की उन्होंने इल्लत लगी हुई है, ये वो लोग हैं एंड सब तो बड़ा मजाक किया जिहड़ा उन्होंने क्या 2-2 लाख रुपया दे दिया, 2 लाख एक आदमी की कीमत पाई है ना, 304 तुसी रजिस्टर कर दिती उन्होंने अनपढ़ जनता से जिहड़े बॉटलर्स है जिहड़े बेचते हैं, वट अबाउट जेड़े टैंकर चो निकली है उदा फूड प्रूफ सिस्टम क्यों नहीं है, एक्साइज महकमे का इहदे ते कंट्रोल है, उन्होंने भी रोल है इहदे ते, इकल्ला ये नहीं है कि एक एक्साइज महकमा हैगा ते एक लॉ एंड ऑर्डर महकमा हैगा, पब्लिक डिस्ट्रीब्यूशन सिस्टम ते भी कुछ सवाल चिन्ह उठ गया उहदे थ्रू यह बिकदी है, ये इट्स बहुत बड़ा इंसीडेंट है, इन्नी लाइटली गवर्नमेंट जिवें लैके कर रही है इन्ना एस्केप नहीं कर सकते, होने वाला नहीं है, ये बंदियां दा पिछड़े टब्बर रह गए उन्हां दे पूरे जीवन की जिम्मेदारी लेनी चाहिए गवर्नमेंट, इट्स अ वेरी ट्रेजिक इंसीडेंट है, 2 लाख इज सब तो बड़ा मजाक है 2 लाख। ओके ओके, एक टांडा साहब हुणे मैं सोशल मीडिया से मैनू उत्थों च वीडियो आए मैं इस प्रोग्राम से भी थोड़ा बहुत यूज करांगा, वो जिहड़े लोगों नूं पता हैगा कौन बेचता हैगा पर वो लोकी या उन्होंने फैमिली इनिया स्केयर्ड आ उन्होंने ना तक लैने लिए डरते मतलब इनफ्लुएंशियल बंदे इस इलीगल ट्रेड में है ये बारे की कहना चाहते हैं खास तौर पर पूरी बॉर्डर बेल्ट में। यार देखो बॉर्डर बेल्ट दे विच जो मैं हालात देखे हैं हाँ जी उत्थे शराब कढ़ना शराब बेचना इनू जुर्म ही नहीं मनिया जाता ये तो बड़ी कॉमन जी चीज मनते हैं
ਕਾਮਨ ਇੰਟੈਂਸ਼ਨ ਹੈ ਸਾਰਿਆਂ ਦੀ, ਇਹਦੇ ਬਾਰੇ ਨਾ ਦੱਸਣਾ। ਹਾਂਜੀ, ਮੈਂ ਇਲੈਕਸ਼ਨ ਇੱਕ ਦੇ ਵਿੱਚ ਲੇਟ ਹੋ ਗਈ ਸੀ, ਇਲੈਕਸ਼ਨ 2007 ਚ, ਉਹਦੇ ਚ ਮੈਂ ਉੱਥੇ ਹਾਲਾਤ ਜੋ ਦੇਖ ਕੇ ਆਇਆ, ਉੱਥੇ ਸਵੇਰ ਤੋਂ ਸ਼ੁਰੂ ਹੋ ਜਾਂਦੀ ਹੈ ਸ਼ਰਾਬ। ਇਹ ਦਰਿਆ ਦਾ ਇਲਾਕਾ ਜਿਹੜਾ ਬਾਰਡਰ ਦਾ ਇਲਾਕਾ ਹੈ, ਇਹ ਖੇਮ ਕਰਨ ਦਾ ਹੋਇਆ, ਤਰਨ ਤਾਰਨ ਦਾ ਹੋਇਆ, ਇਹ ਸਾਰੇ ਇਲਾਕੇ ਦੇ ਵਿੱਚ ਸਵੇਰੇ ਸ਼ੁਰੂ ਹੋ ਜਾਂਦੇ ਆ ਪੀਣ, ਟੱਪ ਚ ਪਾ ਕੇ ਸ਼ਾਮ ਤੱਕ ਚੱਲਦੀ ਰਹਿੰਦੀ ਹੈ। ਇਹ ਜਿਹੜਾ ਫਿਰੋਜ਼ਪੁਰ ਦਾ ਇਲਾਕਾ ਹੈ, ਉਹਦੇ ਵਿੱਚ ਕਾਫੀ ਹੱਦ ਤੱਕ ਚੇਂਜਿਸ ਆਈਆਂ, ਲੋਕਾਂ ਦਾ ਰੁਝਾਨ ਕਈ ਡੇਰਿਆਂ ਵੱਲ ਹੋ ਗਿਆ ਤੇ ਛੱਡ ਗਏ ਸ਼ਰਾਬ। ਇਹ ਕੁਛ ਬਰਾਦਰੀਆਂ ਐਸੀਆਂ ਜਿਹੜੀਆਂ ਕੱਢ ਗਈਆਂ, ਕੁਛ ਬਰਾਦਰੀਆਂ ਐਸੀਆਂ ਜਿਹੜੀਆਂ ਪੀਂਦੀਆਂ। ਤੁਸੀਂ ਇਹ ਵੀ ਦੇਖੋ, ਹੁਣ ਵੀ ਇੰਸੀਡੈਂਟ ਹੈ, ਜਿਹੜੀ ਉਹ ਲੇਡੀ ਨੂੰ ਇਹ ਲੈਚ ਕਰਦੇ ਆ ਜਿਹਨੇ ਡਿਸਟ੍ਰੀਬਿਊਟ ਕੀਤੀ ਆ, ਵੱਡੀ ਹੈ, ਉਹਦਾ ਆਪਣਾ ਘਰ ਵਾਲਾ ਮੰਨ ਗਿਆ। ਹੁਣ 304 ਲਾ ਦੋਗੇ, ਕਿੱਥੇ ਪ੍ਰੂਫ ਕਰੋਗੇ 304? ਉਹਦੀ ਕਿੱਥੋਂ ਉਸ ਲੇਡੀ ਨੂੰ ਨੌਲੇਜ ਸੀ ਕਿ ਪੀ ਕੇ ਬੰਦੇ ਮਰ ਜਾਣਗੇ? ਈਜ਼ੀ ਮਨੀ ਹੈ, ਬੜਾ ਸਸਤਾ ਪੈਸੇ ਕਮਾਈ ਹੁੰਦੇ ਆ। ਤੇ ਇਨਫੋਰਸਮੈਂਟ ਡਾਇਰੈਕਟੋਰੇਟ ਨੂੰ ਕਿਉਂ ਨਹੀਂ ਦਿੰਦੀ ਪੰਜਾਬ ਸਰਕਾਰ? ਜੇ ਪੰਜਾਬ ਸਰਕਾਰ ਦੀ ਨੀਅਤ ਸਾਫ਼ ਹੈ, ਇਨਫੋਰਸਮੈਂਟ ਡਾਇਰੈਕਟੋਰੇਟ ਜਿਹੜੀ ਲੋਕਡਾਊਨ ਦੇ ਦੌਰਾਨ ਵਿਕੀ ਹੈ, ਕਰਫਿਊ ਦੇ ਦੌਰਾਨ ਵਿਕੀ ਹੈ, ਫੜਿਆ ਗਿਆ ਕੋਈ? ਬੱਚੇ ਨੂੰ ਪਤਾ ਕਿਹੜਾ ਪੋਲੀਟੀਸ਼ੀਅਨ, ਬੱਚੇ ਨੂੰ ਪਤਾ ਕੌਣ ਬੰਦਾ, ਪਰ ਇਹ ਗਵਰਨਮੈਂਟ ਨੂੰ ਨੀ ਪਤਾ, ਸਿੱਟ ਨੂੰ ਨੀ ਪਤਾ। ਸਿੱਟ ਬਣ ਜਾਂਦੀ, ਸਿੱਟ ਦੇ ਹੱਥ ਬੰਨ ਦਿੰਦੇ ਆ। ਸਿੱਟ ਦਾ ਮਤਲਬ ਹੁੰਦਾ ਟਾਲਣਾ, ਇਸ਼ੂ ਨੂੰ ਟਾਲ ਦੇ, ਤੇ ਸਿੱਟ ਦੇ ਕਦੇ ਰਿਪੋਰਟ ਆਉਣੀ ਨੀ, ਨਾ ਸਿੱਟਿਆਂ ਤੇ ਪਹੁੰਚਣਾ। ਇਹ ਜਿਹੜੇ ਬੰਦੇ ਮਰ ਗਏ, ਪਤਾ ਨੀ 80 ਤੋਂ ਤਾਂ ਉੱਤੇ ਪਹੁੰਚ ਗਏ ਹੈ, ਇਹਨਾਂ ਦੀਆਂ ਜ਼ਿੰਦਗੀਆਂ ਵਾਪਸ ਆਉਣਗੀਆਂ? ਇਹਨਾਂ ਦੇ ਚੁੱਲ੍ਹਿਆਂ ਦੇ ਵਿੱਚ ਕੋਈ ਮੁੜ ਕੇ ਅੱਗ ਦਿਉ, ਇਹਨਾਂ ਦੇ ਬੱਚਿਆਂ ਨੂੰ ਮੁਕਤੀ ਦਿਉ, ਇਹਨਾਂ ਦੇ ਫੈਮਿਲੀ ਜਿਹੜਾ ਪਿੱਛੇ ਬਚ ਗਈ ਉਹਦੇ ਭਵਿੱਖ ਦੀ ਸਰਕਾਰ ਜ਼ਿੰਮੇਵਾਰੀ ਲਓ। ਕਿਸੇ ਨੇ ਨਹੀਂ ਰੁੱਲ ਜਾਣੇ ਆ। ਤੁਸੀਂ ਇਹ ਦੱਸ ਦਿਓ, ਜਿਹੜੀ ਟ੍ਰੈਜਡੀ ਅੰਮ੍ਰਿਤਸਰ ਹੋਈ ਸੀ ਰੇਲਵੇ ਸਟੇਸ਼ਨ ਤੇ, ਉਹਨਾਂ ਦਾ ਕੀ ਕਰਤਾ? ਅਜੇ ਤੱਕ ਰੁਲਦੇ ਕੁਛ ਵੀ ਨਹੀਂ ਹੋਇਆ, ਇਟ ਇਜ਼ ਜਸਟ ਆਈ ਵਾਸ਼ ਮਤਲਬ ਜਸਟ ਉਹ ਮੌਕਾ ਟਾਲਦੇ ਆ, ਉਹ ਦਿਨ ਟਾਲਦੇ ਆ। ਜਦ ਕਦੇ ਕਿਤੇ ਬਰਾਦਰੀ ਦੇ ਵਿੱਚ ਕੋਈ ਐਕਸੀਡੈਂਟ ਹੋ ਜਾਂਦਾ, ਬਰਾਦਰੀ ਇਕੱਠੀ ਹੋ ਕੇ ਸੜਕਾਂ ਤੇ ਆਉਂਦੀ ਹੈ, ਫਿਰ ਉਹਨੂੰ 10-10 ਲੱਖ ਵੀ ਦੇ ਦਿੰਦੇ। ਇਹਨਾਂ ਨੂੰ 2 ਲੱਖ ਦੇ ਕੇ ਟਾਲ ਕੇ ਹੋ ਗਏ, ਕਿਉਂਕਿ ਇਹਨਾਂ ਦਾ ਏਕਾ ਨਹੀਂ ਹੈ, ਇਕੱਠੇ ਨਹੀਂ ਹੋ ਸਕਦੇ। ਅੱਜ ਕੱਲ੍ਹ ਤਾਂ ਰਿਲੀਫ ਵੀ ਲੈਣਾ ਹੋਵੇ ਸਰਕਾਰ ਤੋਂ ਨਾ, ਉਹਦੇ ਲਈ ਵੀ ਜ਼ਿੰਦਾਬਾਦ ਮੁਰਦਾਬਾਦ ਕਰੋ ਤਾਂ ਰਿਲੀਫ ਮਿਲਦਾ। ਕੋਈ ਹੱਕ ਲੈਣਾ ਹੋਵੇ, ਬੜੀ ਆਰਨੀ ਹੈਗੀ ਆ। ਕੈਪਟਨ ਅਮਰਿੰਦਰ ਸਿੰਘ ਜੀ ਇਸ ਮਹਿਕਮੇ ਦੇ ਮਤਲਬ ਮਿਨਿਸਟਰ ਹੈਗੇ ਆ, ਬੀਂਗ CMA, ਮਹਿਕਮਾ ਵੀ ਉਹਨਾਂ ਕੋਲ ਹੈਗਾ, ਤੇ ਇਸ ਮਹਿਕਮੇ ਵਿੱਚ ਤਾਂ ਵਰਕਿੰਗ ਹੋਰ ਜ਼ਿਆਦਾ ਸਟ੍ਰੀਮ ਲਾਈਨ ਹੋਣੀ ਚਾਹੀਦੀ। ਇੱਕ ਹੋਰ ਇਹਦੇ ਨਾਲ ਇੱਕ ਜਿਹੜਾ ਇਹ ਵੈਸੇ ਚਲਾਇਆ ਤਾਂ ਸੁਖਬੀਰ ਸਿੰਘ ਬਾਦਲ ਗੌਰਮੈਂਟ ਨੇ ਸੀ, ਇਹ ਜਿਹੜਾ ਹਲਕਾ ਇੰਚਾਰਜ MLA ਨੂੰ ਬਣਾ ਕੇ, ਇਹਨਾਂ ਨੇ ਜਿਹੜਾ ਹੈਗਾ MLA ਦੇ ਥੱਲੇ ਅਫਸਰਾਂ ਨੂੰ ਕਰ ਦੇਣਾ, ਉਹ ਤਾਂ ਅਫਸਰ ਤਾਂ ਗੁਲਾਮੀ ਵਾਲੀ ਹਾਲਤ ਵਿੱਚ ਹੋਏ, DSP ਵੀ ਨਹੀਂ ਬੋਲ ਸਕਦਾ, ਥਾਣੇਦਾਰ ਵੀ ਨਹੀਂ, ਹੋਰ ਅਫਸਰ ਵੀ, ਉਹਨਾਂ ਨੂੰ ਇਹ ਹੁੰਦਾ ਨਹੀਂ ਤਾਂ ਇਹ ਸਾਡੀ ਬਦਲੀ ਕਰਾ ਕੇ ਕੋਈ ਕਿਸੇ ਤਰੀਕੇ ਨਾਲ ਤੰਗ ਕਰੇਗਾ। ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ? MLA ਨੂੰ ਇੰਨੀ ਪਾਵਰ ਕਿਉਂ ਦਿੱਤੀ ਹੈਗੀ ਬਾਰਡਰ ਵਿੱਚ, ਖਾਸ ਤੌਰ ਤੇ ਬਹੁਤ ਜ਼ਿਆਦਾ ਪਾਵਰ ਹੈਗੀ ਆ ਬਾਰਡਰ ਚ, ਨਹੀਂ ਜੀ ਸਾਰੇ ਕਿਤੇ ਹੀ ਹੈ। ਜਦ ਤੁਸੀਂ ਫੋਰਸ ਨੂੰ ਪੋਲੀਟਿਸਾਈਜ਼ ਕਰ ਦੋਗੇ ਫਿਰ ਬਚਣਾ ਕੀ? ਹਾਂਜੀ, ਆਲਰੇਡੀ ਫੋਰਸ ਪੋਲੀਟਿਸਾਈਜ਼ ਹੋਈ ਹੋਈ ਹੈ, ਇੱਥੋਂ ਤੱਕ ਕਿ ਮਾਫ ਕਰਨਾ, DGP ਸਾਹਿਬ ਦੀ ਵੀ ਰਿੱਟ ਨਹੀਂ ਚੱਲਦੀ। ਹਾਂਜੀ, ਉੱਥੇ ਵੀ ਲੋਕਲ ਏਰੀਆ ਜਿਹੜੇ ਸਟਰੋਂਗ ਪੋਲੀਟੀਸ਼ੀਅਨ ਹੈ ਉਹਨਾਂ ਦੀ ਰਿੱਟ ਚੱਲਦੀ ਹੈ, ਉਹਨਾਂ ਦੀ ਜੋ ਇੱਛਾ ਹੁੰਦੀ ਹੈ ਉਹ ਹੋ ਰਹੀ ਹੈ। ਐਂਡ ਠੀਕ ਹੈ, ਤੁਸੀਂ ਪਿਛਲਾ ਵੀ ਜ਼ਿਕਰ ਕੀਤਾ ਸਰਕਾਰਾਂ ਦਾ, ਸਾਰੀਆਂ ਸਰਕਾਰਾਂ ਦੇ ਵਿੱਚ ਕਿਤੇ ਨਾ ਕਿਤੇ ਇਹ ਪੋਲੀਟੀਕਲ ਇੰਟਰਫੇਰੈਂਸ ਰਹਿੰਦੀ ਹੈ, ਪਰ ਅੱਜ ਦੀ ਸਰਕਾਰ ਦੇ ਵਿੱਚ ਜਿੰਨੇ ਪੋਲੀਟੀਕਲ ਇੰਟਰਫੇਰੈਂਸ ਅੱਜ ਤੱਕ ਪੰਜਾਬ ਚ ਕਦੇ ਨਹੀਂ। ਪ੍ਰੋਬਲਮ ਕੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਅਵੇਲੇਬਲ ਨਹੀਂ, ਅਸੈਸੇਬਲ ਨਹੀਂ। ਕਿਸੇ ਬੰਦੇ ਨੂੰ ਤਕਲੀਫ ਹੁੰਦੀ ਹੈ, ਉਹ ਆਰਾਮ ਨਾਲ ਮੁੱਖ ਮੰਤਰੀ ਤੱਕ ਪਹੁੰਚ ਨਹੀਂ ਸਕਦੇ। ਜਦ ਮੁੱਖ ਮੰਤਰੀ ਤੱਕ ਲੋਕੀ ਆਮ ਨਾ ਪਹੁੰਚ ਸਕਣ, ਤਾਂ ਫਿਰ ਇਸ ਕਿਸਮ ਦੇ ਕ੍ਰਾਈਮਸ ਹੈ ਜਿਹੜੇ ਛੋਟੇ ਧੱਕੇ ਹੈ ਉਹ ਚੱਲਦੇ ਰਹਿੰਦੇ, ਉਹਨਾਂ ਤੇ ਰੋਕਥਾਮ ਨਹੀਂ ਹੁੰਦੀ ਕਿਸੇ। ਜੇ ਪੋਲੀਟੀਕਲ ਬੌਸ ਹੈ ਉਹ ਅਵੇਲੇਬਲ ਹੋਵੇ, ਉਹਦੇ ਈਅਰਸ ਐਂਡ ਆਈਸ ਖੁੱਲੀਆਂ ਹੋਣ, ਫਿਰ ਉਹ ਰੈਮੀਡੀਅਲ ਸਟੈਪਸ ਲੈਂਦੇ ਰਹਿੰਦੇ ਹੈ। ਤੇ ਇਹ ਵੀ ਮਹਿਸੂਸ ਕਰਨਾ ਪਊਗਾ ਹੁਣ ਕੈਪਟਨ ਸਰਕਾਰ ਨੂੰ ਵੀ, ਹੋਰਾਂ ਸਰਕਾਰਾਂ ਨੂੰ ਵੀ, ਕਿ ਲਾਅ ਐਂਡ ਆਰਡਰ ਦੀ ਪ੍ਰੋਬਲਮ ਹੈ ਜਿਹੜੀ, ਉਹਨੂੰ ਨਜਿੱਠਣਾ ਚਾਹੀਦਾ, ਉਹਨੂੰ ਪੋਲੀਟੀਸਾਈਜ਼ ਨਹੀਂ ਕਰਨਾ ਚਾਹੀਦਾ। ਤੁਸੀਂ ਪਾਸਟ ਦੇ ਵਿੱਚ ਕਿੰਨੀ ਲਾਅ ਐਂਡ ਆਰਡਰ ਦੀਆਂ ਪ੍ਰੋਬਲਮਸ ਨੂੰ ਤੁਸੀਂ ਪੋਲੀਟੀਸਾਈਜ਼ ਕੀਤਾ, ਉਹਦੇ ਤੋਂ ਗੇਨ ਹੈ। ਉਹਦੇ ਤੇ ਤੁਸੀਂ ਇੱਕ ਕਮਿਸ਼ਨ ਬਿਠਾ ਦਿੱਤੀ, ਇੱਕ ਰਿਟਾਇਰਡ ਜੱਜ ਸਾਹਿਬ ਬਿਠਾ ਦਿੱਤੇ, ਉਹ ਜੱਜ ਸਾਹਿਬ ਨੂੰ ਆਹ ਵੀ ਕੇਸ ਦੇ ਦਿਓ, ਇਸ ਸਾਲ ਦੇ ਵੀ ਦੇ ਦਿਓ, ਜਿਹੜੇ ਤੁਹਾਡੇ ਟੈਨਿਓਰ ਦੇ ਆ, ਉਹਨਾਂ ਤੋਂ ਵੀ ਰਾਏ ਲੈ ਲਓ। ਤੇ ਜਿਹੜੇ ਤੁਸੀਂ
ਵਿੰਡਿਕਟਿਵ ਐਟੀਟਿਊਡ ਦੇ ਨਾਲ ਕੇਸਿਸ ਰਜਿਸਟਰ ਕਰਕੇ ਪੁਲਿਸ ਅਫਸਰਾਂ ਨੂੰ ਅੰਦਰ ਕਰਨ ਲੱਗੇ ਹੋਏ ਹੋ, ਲਾਅ ਐਂਡ ਆਰਡਰ ਪੁਰਾਣੇ ਨੂੰ ਦੇਖ ਕੇ, ਇਹ ਗੁੱਡ ਗਵਰਨੈਂਸ ਨਹੀਂ ਹੈ। ਤੁਸੀਂ ਸੁਧਾਰੋ। ਤੁਸੀਂ ਇੱਕ ਇੱਕ ਪਾਸੇ ਤਾਂ ਐਕਸਪੈਕਟ ਕਰਦੇ ਹੋ ਕਿ ਪੁਲਿਸ ਬਹੁਤ ਜ਼ੋਰਾਵਰ ਹੋ ਕੇ ਆਇਰਨ ਫਿਸਟ ਦੇ ਨਾਲ ਕੰਟਰੋਲ ਕਰੇ, ਦੂਜੇ ਪਾਸੇ ਜੇ ਉਹ ਕਿਤੇ ਫੋਰਸ ਯੂਜ ਕਰਦੇ ਆ ਤੁਸੀਂ ਉਹਨਾਂ ਤੇ ਕੇਸ ਰਜਿਸਟਰ ਕਰਦੇ ਹੋ, ਉਹਨਾਂ ਨੂੰ ਅੰਦਰ ਕਰਦੇ ਹੋ, ਆਖਿਰਕਾਰ ਡਿਸਆਰਮ ਕਰਦੇ ਹੋ ਪੁਲਿਸ ਨੂੰ। ਡਿਸਆਰਮ ਦੇਮ, ਜੇ ਤੁਸੀਂ ਸਮਝਦੇ ਹੋ ਵੈਪਨ ਨਹੀਂ ਚਲਾ ਸਕਦੇ, ਜੇ ਤੁਸੀਂ ਸਮਝਦੇ ਹੋ ਐਕਸ਼ਨ ਨਹੀਂ ਲੈ ਸਕਦੇ, ਉਹਨਾਂ ਤੋਂ ਪਾਵਰਸ ਖੋਲੋ, ਚੱਲ ਲੈਂਦੇ ਹੋ ਜਿਵੇਂ ਚਲਾ ਲੈਂਦੇ ਹੋ ਪੋਲੀਟੀਸ਼ੀਅਨਸ ਨੂੰ, ਜੋ ਕਰਦੇ ਆ ਕਰ ਲੈਂਦੇ। ਇਹ ਬੜਾ ਦੁਖਦਾਈ ਕੰਮ ਹੈ। ਇਹ ਕੱਲਾ ਪੰਜਾਬ ਨਹੀਂ, ਪੂਰੀ ਕੰਟਰੀ ਦੇ ਵਿੱਚ ਪ੍ਰੋਬਲਮ ਆ ਰਹੀ ਹੈ, ਲਾਅ ਐਂਡ ਆਰਡਰ ਦੀ ਪ੍ਰੋਬਲਮ, ਐਂਡ ਪੰਜਾਬ ਦੇ ਵਿੱਚ ਬਾਰਡਰ ਸਟੇਟ ਹੈ, ਇੱਥੇ ਹੋਰ ਜ਼ਿਆਦਾ ਹੈ। ਇਹਨੂੰ ਬੜੀ ਸੀਰੀਅਸਲੀ ਲੈਣਾ ਪਊਗਾ ਗਵਰਨਮੈਂਟ ਨੂੰ। ਬੜੀ ਗਵਰਨਮੈਂਟ ਦਾ ਬੜਾ ਕੈਜੂਅਲ ਐਟੀਟਿਊਡ ਹੈ, ਗਵਰਨਮੈਂਟ ਦੀ ਗ੍ਰਿਪ ਨਹੀਂ ਹੈ ਗਵਰਨੈਂਸ ਦੇ ਵਿੱਚ। ਇੱਕ ਤੁਸੀਂ ਰੀਇੰਪਲੋਇਡ IAS ਆਫਿਸਰ ਦੇ ਨਾਲ ਆਪਣਾ ਸੈਕਟਰੀਏਟ ਚਲਾਓ, ਅਤੇ ਅਨਫੋਰਸੀਨ ਹੈ, ਅੱਜ ਤੱਕ ਪੂਰੀ ਕੰਟਰੀ ਚ ਨਹੀਂ ਹੋਇਆ। ਐਂਡ ਦੇਖੋ, ਉਹਨਾਂ ਦੀ ਮੈਂ ਕੰਪੀਟੈਂਸ ਤੇ ਨਹੀਂ ਕਰਦਾ, ਬਟ ਜਿਹੜੀ ਰੈਜ਼ਿਸਟੈਂਟ ਜ਼ੀਲ ਐਂਡ ਫਾਇਰ ਇਨ ਦਾ ਪਹਿਲੀ ਹੁੰਦੀ ਹੈ ਨਾ ਵਰਕਿੰਗ ਬੰਦੇ ਚ, ਉਹਦੀ ਜਿਹੜੀ ਪੋਜੀਸ਼ਨ ਹੈ ਉਹਦਾ ਰਾਈਟ ਨਹੀਂ ਹੈ, ਉਹ ਪੋਜੀਸ਼ਨ ਉਹਦੇ ਲਈ ਕ੍ਰੀਏਟ ਕੀਤੀ ਗਈ ਹੈ। ਵੈਨ ਯੂ ਆਰ ਹੋਲਡਿੰਗ ਅ ਪੋਜੀਸ਼ਨ, ਰਾਈਡਿੰਗ ਅ ਹਾਰਸ ਵਿਚ ਡਸਨਟ ਬਿਲੋਂਗ ਟੂ ਯੂ, ਹਾਊ ਕੈਨ ਯੂ ਰਾਈਡ ਇਟ? ਹਾਂ ਬਿਲਕੁਲ ਠੀਕ 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 ਹਾਂ ਬਿਲਕੁਲ ਠੀਕ। ਇਰਰਿਸਪੈਕਟਿਵ ਮੈਂ ਕੀ ਕਰਦੇ ਆ ਕੀ ਨਹੀਂ ਕਰਦੇ, ਇਟਸ ਇਹ ਹਾਸੇਮਈ ਗੱਲ ਹੈ। ਐਂਡ ਮਹੀਨੇ ਕੁ ਬਾਅਦ ਸੁਣ ਲਈਦਾ, ਉਹ ਨਾਰਾਜ਼ ਹੋ ਜਾਂਦੇ ਆ, ਉਹ ਕਾਰਾਂ ਭੇਜ ਦਿੰਦੇ ਆ ਵਾਪਸ, ਉਹਨਾਂ ਨੂੰ ਫੇਰ ਮਨਾ ਲੈਂਦੇ, ਉਹਨਾਂ ਨੂੰ ਫੇਰ ਲੈ ਆਉਂਦੇ ਆ। ਆਈ ਆਈਦਰ ਗਿਵ ਹਿਮ ਪਾਵਰਸ, ਸਪੈਲ ਇਟ ਆਊਟ, ਉਹਨਾਂ ਕੋਲ ਪਾਵਰਸ ਹੈ, ਮੇਕ ਹਿਮ ਅਕਾਊਂਟੇਬਲ ਦਾ ਆਲਸੋ ਦੈਟ। ਕਿਆ ਉਹ ਅਕਾਊਂਟੇਬਲ ਹੋਣਗੇ ਉਹ ਆ ਇਸ਼ੂ ਤੇ? ਕਿਆ ਮੁੱਖ ਮੰਤਰੀ ਜੀ ਅਕਾਊਂਟੇਬਲ ਹੈ ਇਸ ਤੇ, ਉਹਨਾਂ ਦੇ ਆਪਣੇ ਬੈਂਕ ਵਿੱਚ? ਕਿਆ ਇਹਨਾਂ ਦੇ ਸੈਕਟਰੀਜ਼ ਆ ਜਿਹੜੇ ਉਹ ਅਕਾਊਂਟੇਬਲ ਹੈ? ਕਿਆ DGP ਸਾਹਿਬ ਅਕਾਊਂਟੇਬਲ ਹੈ ਇਸ ਇਸ਼ੂ ਤੇ? ਹੁਣ ਹੂ ਇਜ਼ ਅਕਾਊਂਟੇਬਲ, ਹੂ ਇਜ਼ ਰਨਿੰਗ ਦੀ ਸ਼ੋਅ? ਬੜੇ ਸੀਰੀਅਸ ਇਸ਼ੂਜ਼ ਹੈ ਇਹ। ਐਂਡ ਦੇਖੋ, ਜੇ ਕਹਿਣਾ ਇਹ ਹੁਣ ਇਹਦੀ ਡਿਫੈਂਸ ਚ ਕਹਿ ਰਹੇ ਹੈ ਇੰਨੇ ਲੀਟਰ ਲਾਨ ਫੜੀ ਗਈ, ਵਟ ਡਜ਼ ਇਟ ਮੀਨ? ਇਟ ਮੀਨ ਤੁਹਾਡੀ ਗਵਰਨੈਂਸ ਦੇ ਵਿੱਚ ਇੰਨੀ ਇਨਫਰਿੰਜਮੈਂਟ ਆਫ ਲਾਅ ਹੋ ਰਿਹਾ? ਮੋਰ ਰਜਿਸਟ੍ਰੇਸ਼ਨ ਆਫ ਕੇਸ ਮੀਨਸ ਮੋਰ ਕ੍ਰਾਈਮ, ਇਟ ਡਜ਼ਨਟ ਮੀਨ ਯੂ ਆਰ ਕੰਟਰੋਲਿੰਗ ਕ੍ਰਾਈਮ, ਇਟ ਮੀਨਸ ਕ੍ਰਾਈਮ ਐਕਸਿਸਟਸ। ਹਾਂਜੀ ਹਾਂਜੀ, ਕੀ ਕਹਿੰਦੇ ਹੋ? ਅਸੀਂ ਇੰਨੀ ਇੰਨੀ ਫੜ ਲਈ ਹੀਰੋਇਨ, ਫੜ ਲਈ ਇੰਨੀ ਫੀਮ, ਫੜ ਲਈ ਇੰਨੀ ਲਾਨ, ਫੜ ਲਈ, ਇਟ ਮੀਨਸ ਅਨਬੇਟਡ ਚੱਲ ਰਹੀ ਹੈ, ਤਾਂ ਹੀ ਫੜ ਰਹੇ ਹੋ ਤੁਸੀਂ, ਟ੍ਰੈਫਿਕਿੰਗ ਹੋ ਰਹੀ ਹੈ ਤਾਂ ਫੜ ਰਹੇ ਹੋ। How to stop it? ਇਹਦੀ ਰੂਟ ਕੌਜ਼ ਕਿੱਥੇ ਹੈ? ਹੈਵ ਯੂ ਮੇਡ ਅ ਰਿਸਰਚ ਓਵਰ ਇਟ? ਤੁਸੀਂ ਅੱਜ ਤਾਈਂ ਸੋਚਣ ਦੀ ਕੋਸ਼ਿਸ਼ ਕੀਤੀ ਹੈ ਕਿ ਕਿਉਂ ਹੋ ਰਹੀ ਹੈ, ਕਿਉਂ ਲੋਕ ਸਪਿਰਿਟ ਪੀਂਦੇ ਹੈ, ਕਿਉਂ ਲੋਕ ਸਸਤੀ ਸ਼ਰਾਬ ਵੇਚਦੇ ਹੈ? ਹੁਣ ਇੱਕ ਪੈਟਰੋਲ ਪੰਪ ਡੀਲਰ ਨੇ ਸੁਸਾਈਡ ਕਰ ਲਿਆ। ਤੁਸੀਂ ਰਿਲਾਈਜ਼ ਕੀਤਾ ਕਿ ਤੁਹਾਡਾ 6 ਰੁਪਏ 7 ਰੁਪਏ ਡੀਜ਼ਲ ਜ਼ਿਆਦਾ ਹੈ, ਤੇ ਬਾਰਡਰ ਤੇ ਕਿਉਂ ਕੋਈ ਉਹਦੇ ਖਰੀਦੂਗਾ? ਇਹੀ ਹਾਲ ਹੈ ਨਾ, ਜਦ ਗੈਪ ਇੰਨੇ ਹੈਗੇ ਬੇਸ ਪ੍ਰਾਈਸ ਦੇ ਵਿੱਚ ਤੇ ਸੈਲਿੰਗ ਪ੍ਰਾਈਸ ਦੇ ਵਿੱਚ, ਫਿਰ ਇਹ ਕੁਛ ਹੋਊਗਾ? ਇਹਨੂੰ ਕਿੱਦਾਂ ਰੋਕ ਸਕਦੇ? ਨਹੀਂ ਰੋਕ ਸਕਦੇ। ਐਂਡ ਤੁਸੀਂ ਕਦੇ ਭਰ ਸਾਹਿਬ ਅੱਜ ਜਾ ਕੇ ਠੇਕੇ ਤੇ ਖੜ ਕੇ ਦੇਖੋ, ਮੈਂ ਰਿਕੁਐਸਟ ਕਰੂੰਗਾ ਪਿੰਡ ਦੇ ਠੇਕੇ ਤੇ ਖੜ ਕੇ ਲੋਕਾਂ ਨੂੰ ਦੇਖੋ ਕਿ ਉਹ ਕੌਣ ਲੋਕ ਹੈ ਜਿਹੜੇ ਪੈਸੇ ਕੱਢ ਕੇ ਖਰੀਦ ਰਹੇ ਤੇ ਕਿੰਨੇ ਕਿੰਨੇ ਦੀ ਖਰੀਦ ਰਹੇ। ਇਮੈਜਿਨ ਉਹਨਾਂ ਦੇ ਘਰ ਦਾ ਕੀ ਹਾਲ ਹੋਊਗਾ, ਉਹਦੇ ਘਰ ਅੰਨ ਨਹੀਂ ਲਿਜਾਂਦੇ, ਘਰ ਦੀ ਸਾਧਨ ਨਹੀਂ ਪੂਰੇ ਕਰਦੇ, ਉਹ ਸ਼ਰਾਬ ਤੇ ਲਗਾਉਂਦੇ ਆ ਪੈਸੇ, ਸ਼ਰਾਬ ਵਿਕ ਤੋਂ ਰਹੀ ਹੈ ਸਰਕਾਰ ਦੀ ਦੁਕਾਨ ਤੋਂ। ਅਜਨਾਲੇ ਦੇ ਪਿੰਡ ਲਾਗੇ ਕੀਤਾ ਸੀ, ਉੱਥੇ ਇੱਕ ਮੇਰੇ ਵਾਕਫ ਬਣੇ ਸੱਜਣ, ਉਹ ਕਹਿੰਦੇ ਜੀ ਆਪਣੀ ਟੀਮ ਨਾਲ ਖਾਣਾ ਮੇਰੇ ਘਰ ਖਾਓ। ਖੈਰ ਮੈਂ ਗਿਆ, ਪਹਿਲੀ ਵਾਰੀ ਗਿਆ ਸੀ, ਤੇ ਉਹ ਬੜੇ ਮਤਲਬ ਜਿਹਨੇ ਮਤਲਬ ਮੈਨੂੰ ਇਮਪ੍ਰੈਸ ਕਰਨ ਦੀ ਖਾਤਰ ਇੱਕ ਵੱਡੇ ਕਮਰੇ ਵਿੱਚ ਲੈ ਕੇ ਗਏ, ਜਿੱਥੇ 5-7 ਵੱਡੇ ਵੱਡੇ ਕੈਨ ਜਿਹੜੇ ਦੇਸੀ ਸ਼ਰਾਬ ਦੇ ਭਰੇ ਹੋਏ ਸੀ ਉਸ ਵੇਲੇ। ਉਹ ਮੈਨੂੰ ਕਿਹਾ, ਮੈਂ ਕਿਹਾ ਯਾਰ ਇਹ ਤਾਂ ਇਲੀਗਲ ਆ, ਇਹ ਕਿਤੇ ਪੁਲਿਸ ਨੇ ਰੇਡ ਮਾਰ ਲਿਆ, ਇਹ ਤਾਂ ਤੂੰ ਅੰਦਰ ਹੋ ਜਾਏਗਾ, ਤੇਰੀ ਬੇਲ ਨਹੀਂ ਹੋਣੀ ਆ। ਕਹਿੰਦਾ ਜੀ ਨਾ ਇਹਨੇ ਏਦਾਂ ਦੀ ਕੋਈ ਗੱਲ ਨਹੀਂ, ਕਹਿੰਦਾ ਸਾਡੀ ਤਾਂ ਬਹੁਤ ਉੱਪਰ ਤਾਂ ਹੀ ਜਿਹੜੇ ਕਨੈਕਸ਼ਨ ਆ, ਸਾਨੂੰ ਨੀ ਏਦਾਂ ਦੀ ਪ੍ਰੋਬਲਮ, ਅਸੀਂ ਰੈਗੂਲਰ। ਇਹ 12-13 ਸਾਲ ਪੁਰਾਣੀ ਗੱਲ ਕਰਦਾ ਹੈਗਾ। ਇਹ ਕਨਾਈਵੈਂਸ ਟੁੱਟੇਗਾ ਕਿਵੇਂ? ਮਤਲਬ ਵੀ ਦੇਖੋ, ਇਹਦਾ ਇੱਕ ਤਾਂ ਸਟੇਟ ਗਵਰਨਮੈਂਟ ਨੂੰ ਨੈਚੁਰਲੀ ਐਕਸਾਈਜ਼ ਦਾ ਲੋਸ ਹੁੰਦਾ ਹੈਗਾ, ਇੱਕ ਆ ਮੌਤਾਂ ਅਕਸਰ ਵਿੱਚ ਵਿੱਚ ਹੁੰਦੀਆਂ, ਅਗਾਂਹ ਵੀ ਹੁੰਦੀਆਂ ਰਹਿਣੀਆਂ ਹੈਗੀਆਂ, ਕੋਈ ਰੁਕਣੀਆਂ ਨਹੀਂ ਹੈਗੀਆਂ। ਇਹ ਮਤਲਬ ਚੀਜ਼ ਹੈ, ਯੂਪੀ ਬਿਹਾਰ ਦੇ ਵਿੱਚ
ਕੁਆਈਟ ਆਫਨ ਹੁੰਦਾ ਸੀ ਇਹ ਪੰਜਾਬ ਦੇ ਵਿੱਚ ਵੀ ਹੁਣ ਉਸ ਹਾਲਾਤ ਤੇ ਪਹੁੰਚ ਗਏ ਹਾਲਾਤ ਇਟਸ ਵੈਰੀ ਅਨਫੋਰਚੂਨੇਟ ਦੇਖੋ ਇਹ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਜਿਹੜਾ ਬਾਰਡਰ ਏਰੀਆ ਜਿਹਦੀ ਤੁਸੀਂ ਗੱਲ ਕਰਦੇ ਹੋ ਉੱਥੇ ਇਹਨੂੰ ਆਮ ਹੀ ਸਮਝਿਆ ਜਾਂਦਾ ਉੱਥੇ ਜਦ ਪੁਲਿਸ ਫੜ ਕੇ ਲੈ ਜਾਂਦੀ ਹੈ ਤੇ ਫਿਰ ਟੈਲੀਫੋਨ ਚਲੇ ਜਾਂਦਾ ਪੁਲਿਸ ਨੂੰ ਛੱਡਣਾ ਪੈ ਜਾਂਦਾ ਫਿਰ ਉਹ ਫਿਰ ਜਾਂਦਾ ਪੋਲੀਟੀਕਲ ਬੌਸ ਕੋਲ ਉਹ ਜੇ ਛੱਡ ਤਾਂ ਦਿੱਤਾ ਭਾਂਡੇ ਵੀ ਦਵਾ ਦਿਓ ਫਿਰ ਉਹ ਫੌਜ ਆਰਡਰ ਕਰਦਾ ਯਾਰ ਦੇ ਦੇ ਭਾਂਡੇ ਵੀ ਭੱਠੀ ਫਿਰ ਉਹ ਜੋ ਭੱਠੀ ਲੈਣ ਜਾਂਦਾ ਫਿਰ ਕਹਿੰਦਾ ਆ ਲਾਹਨ ਕਾਤੇ ਰੱਖੀ ਆ ਹੁਣ ਡਰਾਮੇ ਵੀ ਫੜਾ ਦੇ ਲੈ ਜੀ ਇਹ ਹਾਰਡ ਰਿਐਲਿਟੀਜ਼ ਹੈ ਜਿਹੜੀਆਂ ਮੈਂ ਤੁਹਾਨੂੰ ਦੱਸ ਰਿਹਾ ਹਾਂ ਜੀ ਹਾਂ ਜੀ ਇਹ करनी दिंदे इन्हां दी सस्पेंशन जस्टिफाइड या नहीं जस्टिफाइड सस्पेंशन इज नो पनिशमेंट इन लॉ देखो ਸਵਾਦ ਦੀ ਗੱਲ ਤਾਂ ਹੈ ਕਿ ਜਿਹਨੂੰ ਤੁਸੀਂ ਕਹਿੰਦੇ ਹੋ ਰਿਸਪੋਂਸੀਬਲ ਹੈ ਉਹਨੂੰ ਚਾਰਜਸ਼ੀਟ ਕਰੋ ਚਾਰਜਸ਼ੀਟ ਕਰਕੇ ਉਹਦੀ ਇਨਕੁਆਇਰੀ ਲੌਜੀਕਲ ਕੰਕਲੂਜਨ ਤੇ ਲੈ ਕੇ ਜਾਓ ਉਹਨੂੰ ਪਨਿਸ਼ਮੈਂਟ ਦਿਓ ਸਸਪੈਂਸ਼ਨ ਤਾਂ ਕੋਈ ਪਨਿਸ਼ਮੈਂਟ ਨਹੀਂ ਸਸਪੈਂਸ਼ਨ ਕਰਨੀ ਨਹੀਂ ਚਾਹੀਦੀ ਰੇਅਰੈਸਟ ਆਫ ਰੇਅਰ ਕੇਸ ਸਸਪੈਂਸ਼ਨ ਇਸ ਪਰਪਸ ਲਈ ਕਰੀ ਜਾਂਦੀ ਹੈ ਕਿ ਉਹ ਅਫਸਰ ਇਨਕੁਆਇਰੀ ਨੂੰ ਇਨਫਲੂਐਂਸ ਨਾ ਕਰੇ ਹੋਰ ਕੋਈ ਮਕਸਦ ਨਹੀਂ ਹੁੰਦਾ ਉਹਨੂੰ ਤਨਖਾਹ ਵੀ ਦੇਣੀ ਪੈਂਦੀ ਹੈ ਬਾਅਦ ਚ ਸੋ ਜੇ ਤੁਸੀਂ ਤਨਖਾਹ ਵੀ ਦੇਣੀ ਪੈਂਦੀ ਹੈ ਉਹਦੀ ਸਬਸਿਸਟੈਂਸ ਅਲਾਉਂਸ ਦੇਣਾ ਪੈਂਦਾ ਜਦ ਸਸਪੈਂਸ਼ਨ ਰਿਵੋਕ ਹੋ ਜਾਂਦੀ ਉਹਨੂੰ ਪੂਰੀ ਸੈਲਰੀ ਮਿਲ ਜਾਂਦੀ ਹੈ ਇਹ ਸਸਪੈਂਸ਼ਨ ਕਰਦੇ ਆ ਪਨਿਸ਼ਮੈਂਟ ਪਨਿਸ਼ਮੈਂਟ ਕੀ ਹੈ ਸਰਕਾਰੀ ਅਫਸਰ ਦੀ ਪੈਨਸ਼ਨ ਆ ਜਿਹੜੀ ਸਸਪੈਂਸ਼ਨ ਹੈ ਕੋਈ ਪਨਿਸ਼ਮੈਂਟ ਉਹਨੂੰ ਤਨਖਾਹ ਜੇ ਪੂਰੀ ਮਿਲਣੀ ਹੈ ਉਹਨੂੰ ਪਨਿਸ਼ਮੈਂਟ ਕੀ ਹੈ ਕਿ ਜਿਹੜੀ ਉਹ ਬਿਯੋਂਡ ਐਕਚੁਅਲ ਮੋਲੂਮੈਂਟਸ ਜਿਹੜੀ ਉਹ ਕਮਾਈ ਕਰਦਾ ਹੈ ਉਹ ਬੰਦ ਹੋ ਜਾਂਦੀ ਹੈ ਆਹ ਪਨਿਸ਼ਮੈਂਟ ਇਹ ਐਕਸੈਪਟਡ ਨੋਰਮ ਹੈ ਖਤਮ ਕਰਨਾ ਪਊਗਾ ਨਾ ਜੀ ਇਹਨਾਂ ਨੂੰ ਚੈੱਕਮੇਟ ਕਰਨਾ ਪਊਗਾ ਜਿਹੜੇ ਸਿਸਟਮ ਹੈ ਐਂਡ ਈਵਨ ਆਈ ਫੀਲ ਕਿ ਜਿਹੜੇ ਗਰੀਬ ਆਦਮੀਆਂ ਨੂੰ ਇੰਨੀ ਮਹਿੰਗੀ ਸ਼ਰਾਬ ਹੁੰਦੀ ਹੈ ਇਫ ਯੂ ਥਿੰਕ ਕਿ ਸਟੇਟ ਪਾਲਿਸੀ ਹੈ ਸ਼ਰਾਬ ਲੋਕੀ ਪੀ ਸਕਦੇ ਦੈਨ ਇਟ ਸ਼ੁਡ ਨਾਟ ਬੀ ਸੋ ਐਗਜ਼ੋਰਬਿਟੈਂਟਲੀ ਪ੍ਰਾਈਸਡ ਕਿ ਉਹਨਾਂ ਦੀ ਇਕਨੋਮਿਕ ਕੰਡੀਸ਼ਨ ਹੀ ਖਤਮ ਹੋ ਜਾਵੇ ਉਹ ਸ਼ਰਾਬ ਜੋਗੇ ਰਹਿ ਜਾਣ ਰੋਜ਼ ਕਮਾਣ ਸ਼ਾਮ ਨੂੰ ਸ਼ਰਾਬ ਪੀ ਲੈਣ ਰੋਜ਼ ਕਮਾਣ ਸ਼ਾਮ ਨੂੰ ਇੱਕ ਇਹਦੇ ਨਾਲ ਟਾਂਡਾ ਸਾਹਿਬ ਸਵਾਲ ਆ ਮਤਲਬ ਜਿੰਨਾ ਇਹ ਜਿਹੜਾ ਲੈਂਦੇ ਆ ਠੇਕੇ ਠੁਕੇ ਜਿਹੜਾ ਉਹ ਇੱਕ ਪੂਰਾ ਸਿੰਡੀਕੇਟ ਬਣਾ ਲੈਂਦੇ ਜਿਹਦੇ ਵਿੱਚ ਬਹੁਤ ਜ਼ਿਆਦਾ ਰੇਟ ਚਾਰਜ ਕਰਦੇ ਪਿੱਛੇ ਜੇ ਆਰਟੀਕਲ ਮੈਂ ਵੀ ਇੱਕ ਪ੍ਰੋਗਰਾਮ ਰਿਸਰਚ ਕਰ ਰਿਹਾ ਇਹਦੇ ਤੇ ਕਰਾਂਗਾ ਇੰਨੀ ਮਹਿੰਗੀ ਸ਼ਰਾਬ ਸ਼ਹਿਰਾਂ ਵਿੱਚ ਤਾਂ ਚਲੋ ਲੋਕੀ ਲੈ ਲੈਂਦੇ ਇਸ ਤਰ੍ਹਾਂ ਵਿਆਹ ਸ਼ਾਦੀਆਂ ਤੇ ਕਹਿੰਦੇ ਇੱਥੋਂ ਲਵੋ ਜੇ ਉਹ ਕਰ ਇਹਦਾ ਇਸ ਸਿਸਟਮ ਨੂੰ ਤੋੜਨ ਦਾ ਨਹੀਂ ਕੋਈ ਤਰੀਕਾ ਹੈਗਾ ਵੀ ਮੋਨੋਪੋਲੀ ਨਾ ਰਹੇ ਇਹਦੇ ਵਿੱਚ ਪੂਰਾ ਵਰਲਡ ਚ ਇਹ ਹੈ ਕਿ ਮੋਨੋਪੋਲਿਸਟਿਕ ਟ੍ਰੇਡ ਨਹੀਂ ਚਾਹੀਦੀ ਪਰ ਇਹਦੇ ਵਿੱਚ ਸਟੇਟ ਮੋਨੋਪੋਲਿਸਟਿਕ ਟ੍ਰੇਡ ਕਰਾਂਦੀ ਸਟੇਟ ਦੀ ਇਨਵੋਲਵਮੈਂਟ ਨਾਲ ਹਾਂਜੀ ਹਰ ਕਿਤੇ ਹੁੰਦਾ ਮਿਨੀਮਮ ਪ੍ਰਾਈਸ ਮੈਕਸੀਮਮ ਪ੍ਰਾਈਸ ਲਿਖਿਆ ਜਾਂਦਾ ਕਿ ਇਦੋਂ ਵੱਧ ਨਹੀਂ ਤੁਸੀਂ ਵੇਚ ਸਕਦੇ ਇੱਥੇ ਇੱਥੇ ਕਾਨੂੰਨ ਹੈ ਮਿਨੀਮਮ ਪ੍ਰਾਈਸ ਕਿਦੋਂ ਸਸਤੀ ਨਹੀਂ ਵੇਚ ਸਕਦੇ ਇਹ ਜਦ ਜੇ ਇਹਨਾਂ ਦਾ ਪੂਲ ਨਹੀਂ ਹੁੰਦਾ ਤੇ ਇੱਕ ਦੂਜੇ ਤੋਂ ਸਸਤੀ ਵੇਚਦੇ ਅੰਡਰ ਕਟਿੰਗ ਕਰਦੇ ਆ ਵੇਚਣ ਲਈ ਫਿਰ ਇਸੇ ਲਈ ਪੂਲ ਕਰਾਇਆ ਜਾਂਦਾ ਸਰਕਾਰ ਦਾ ਸਰਕਾਰ ਵੱਲੋਂ ਕਰਾਇਆ ਜਾਂਦਾ ਫਿਰ ਇਹ ਪ੍ਰਾਈਸ ਫਿਕਸ ਕਰ ਲੈਂਦੇ ਸਿੰਡੀਕੇਟ ਜਿਹਨੂੰ ਕਹਿੰਦੇ ਜਿਹੜਾ ਤੁਸੀਂ ਵਰਡ ਯੂਜ਼ ਕੀਤਾ ਉਹ ਕੈਥੈਡਰਲ ਬਣਾ ਲੈਂਦੇ ਆ ਰਲ ਕੇ ਫਿਰ ਉਹ ਰਲ ਕੇ ਪ੍ਰਾਈਸ ਫਿਕਸ ਕਰ ਲੈਂਦੇ ਕਿ ਤੂੰ ਸਸਤੀ ਕੋਈ ਨਹੀਂ ਵੇਚੂਗਾ ਐਂਡ ਮੋਨੋਪੋਲੀ ਕ੍ਰੀਏਟ ਕਰਕੇ ਲੋਕਾਂ ਨੂੰ ਲੁੱਟਿਆ ਜਾਂਦਾ ਐਂਡ ਕੰਜ਼ਿਊਮਰ ਹੈ ਜਿਹੜਾ ਆਮ ਕੰਜ਼ਿਊਮਰ ਗੁੱਡਸ ਦਾ ਉਹਦਾ ਰੌਲਾ ਪਾ ਲੈਂਦਾ ਹੁਣ ਜਿਹੜਾ ਸ਼ਰਾਬ ਪੀਣ ਵਾਲਾ ਰੌਲਾ ਕੀ ਪਾਵੇ ਇਹ ਸੋਸ਼ਲ ਸਟਿਗਮਾ ਵੀ ਹੈ ਜੇ ਸ਼ਰਾਬੀ ਯੂਨੀਅਨ ਬਣਾ ਲੈਣ ਇਕੱਠੇ ਹੋ ਕੇ ਨਾਰੇ ਲਾਉਣੇ ਕਹਿੰਦੇ ਸ਼ਰਾਬੀ ਹੈ ਨਹੀਂ ਸ਼ਰਾਬੀ ਯੂਨੀਅਨ ਤਾਂ ਕਾਮਯਾਬ ਬੜੀ ਹੋਏਗੀ ਇਹ ਪੋਲੀਟੀਸ਼ੀਅਨ ਇਹਨਾਂ ਕੋਲ ਕਿਉਂਕਿ ਬਹੁਤ ਸਾਰੇ ਪਰ ਸੋਸ਼ਲ ਸਟਿਗਮਾ ਲੋਕੀ ਐਡਮਿਟ ਨਹੀਂ ਕਰਦੇ ਹੈ ਲੋਕੀ ਐਡਮਿਟ ਨਹੀਂ ਕਰਦੇ ਮੈਂ ਤਾਂ ਦੇਖਿਆ ਮੈਂ ਆਪ ਪੋਲੀਟਿਕਸ ਚ ਰਿਹਾ ਸਾਰੇ ਲੁੱਕ ਕੇ ਪੀ ਲੈਂਦੇ ਸਾਹਮਣੇ ਕੋਈ ਨਹੀਂ ਪੀਂਦਾ ਮੈਂ ਇਕੱਲਾ ਹੀ ਬੰਦਾ ਸੀ ਜਿਹੜਾ ਓਪਨਲੀ ਡਰਿੰਕ ਕਰ ਲੈਂਦਾ ਸੀ ਆਪਣੀਆਂ ਪਾਰਟੀਆਂ ਚੱਲ ਦੀਆਂ ਚਲੋ ਇੱਕ ਸੈਪਰੇਟ ਇਸ਼ੂ ਹੈਗਾ ਵਿਦ ਇਨ ਲਿਮਿਟ ਪਰ ਇਹਦੇ ਤੇ
स्टेट पॉलिसीज है जिहड़ियां टैक्स पॉलिसीज है जी वो पीपल फ्रेंडली होनियां चाहीदियां। वो ऐसियां नहीं होनियां चाहीदियां कि कोई सैक्शन ऑफ सोसाइटी क्रश हो जाए थोड़ी फिजिकल पॉलिसी। तो ये क्रश करन वालियां पॉलिसीज होंदियां फिर इह जिहियां ट्रेजेडीज निकलदियां। हो चलो लास्ट सवाल एक टंडा साहब ये देखो इलीगल जिहड़ी हूच भी बननी हैगी आ बिकणी भी हैगी आ एटलीस्ट घट्टो घट एदा होवे बहुती मोनोपोली ना होवे जां एटलीस्ट मौतां ना होण इहदे लई किन्नी क इहनां नूं सरकार नूं मौजूदा सरकार नूं गवर्नमेंट मस्ट फिक्स प्राइस। अल्कोहल दी प्राइस फिक्स होनी चाहीदी हर बोतल दी ओहदे उत्ते होना चाहीदा ओदों इक पैसा वध ते नहीं बिकणा चाहीदा। एक्सप्लोइटेशन खतम होनी चाहीदी है मोनोपोली दी। नंबर दो स्टेट नूं सतर्क होना चाहीदा कि हूच बिके नौकरियां भी देन एंड गरीब बंदियां नूं मिनिमम मिनिमम 15-20 लाख रुपए देना चाहिए स्टेट नूं उन्हां नूं सरवाइव करने लई खड़े करने लई। जिहड़े गरीब परिवार का एक कमाऊ बंदा चले जांदा है ਤੁਸੀਂ ਅੰਦਾਜ਼ਾ ਨਹੀਂ ਲਾ ਸਕਦੇ ਸਾਹਿਬ ਉਹ ਸਫ਼ਰ ਕਿੰਨਾ ਕਰਦੇ ਆ ਉਹਨਾਂ ਦੀ ਐਕਸਪਲੋਇਟੇਸ਼ਨ ਕਿਸ ਢੰਗ ਨਾਲ ਹੁੰਦੀ ਹੈ ਫਿਰ ਸੋਸਾਇਟੀ ਕਰਦੀ ਹੈ ਨੋ ਵਨ ਕੈਨ ਇਮੇਜਿਨ ਅੰਟਿਲ ਅਨਲੈਸ ਉਹਨਾਂ ਨੂੰ ਤੁਸੀਂ ਫਾਈਨੈਂਸ਼ੀਅਲੀ ਸਾਊਂਡ ਨਹੀਂ ਕਰੋਗੇ ਇਹ ਸਰ ਇਹਨਾਂ ਦੇ ਕਈ ਪਰਿਵਾਰ ਉੜੇ ਇਹ ਤਾਂ ਮਰੇ ਆ ਨਾ 80-80 ਦੇ ਮਗਰ 500-700 ਬੰਦਾ ਉਹ ਜਿਉਂਦੀਆਂ ਲਾਸ਼ਾਂ ਬਣ ਜਾਣਗੇ। ਉਹ ਬਚਾਉਣਾ ਸਰਕਾਰ ਦੀ ਜ਼ਿੰਮੇਵਾਰੀ ਹੈ ਸਰਕਾਰ ਨੂੰ ਪਿੱਛੇ ਨਹੀਂ ਹਟਣਾ ਚਾਹੀਦਾ। ਬੱਚੇ ਕ੍ਰਿਮੀਨਲ ਵੀ ਬਣ ਸਕਦੇ ਆ ਜੇ ਫਿਰ ਨਾ ਉਹਨਾਂ ਨੂੰ ਕੋਈ ਇਦਾਂ ਦਾ ਇਨਕਮ ਸੋਰਸ ਹੋਵੇ ਦੇ ਕੈਨ ਟਰਨ ਕ੍ਰਿਮੀਨਲ ਇਹ ਵੀ ਗੱਲ ਹੈਗੀ ਨਾ। ਪਰ ਸਭ ਤੁਸੀਂ ਜਿਹੜੀ ਬੈਕਵਰਡ ਸੁਸਾਇਟੀ ਹੈ ਨਾ ਜਿਹੜੀ ਪੂਅਰ ਸੁਸਾਇਟੀ ਉਹਦੇ ਅੰਦਾਜ਼ਾ ਨਹੀਂ ਲਾ ਸਕਦੇ ਮਰਦ ਬਿਨਾਂ ਔਰਤਾਂ ਦਾ ਕੀ ਹਾਲ ਹੁੰਦਾ ਮਰਦ ਬਿਨਾਂ ਉਹਨਾਂ ਦੀਆਂ ਬੱਚੀਆਂ ਦਾ ਕੀ ਹਾਲ ਹੁੰਦਾ ਉਹਨਾਂ ਦੇ ਬੱਚਿਆਂ ਦਾ ਕੀ ਹਾਲ ਹੁੰਦਾ ਇਹ ਬਹੁਤ ਵੱਡੇ ਪ੍ਰੋਬਲਮਸ ਹੈ ਐਂਡ ਇਹਨੂੰ ਸਟੇਟ ਸ਼ੁਡ ਟੇਕ ਕੇਅਰ ਆਫ। ਮੈਂ ਐਕਸਪੈਕਟ ਕਰਦਾ ਕਿ ਸਟੇਟ ਨੂੰ ਫਾਰਵਰਡ ਆਉਣਾ ਚਾਹੀਦਾ 2 lakh ਚਲੋ ਦਿੱਤਾ ਇਹਨਾਂ ਨੇ ਇੰਸਟੈਂਟ ਰਿਲੀਫ ਦੇ ਸ਼ੁਡ ਕਮ ਫਾਰਵਰਡ ਵਿਦ ਅ ਕੰਪ੍ਰੀਹੈਂਸਿਵ ਰਿਲੀਫ। ਚਲੋ ਟੰਡਾ ਸਾਹਿਬ ਤੁਸੀਂ ਬਹੁਤ ਵਧੀਆ ਦਿੱਤੀ ਖਾਸ ਤੌਰ ਤੇ ਇਹ ਚਲੋ ਇਨਕੁਆਇਰੀ ਆਏਗੀ ਕੀ ਆਏਗੀ ਉਹ ਤੋਂ ਬਾਅਦ ਦੀ ਗੱਲ ਇਹਨਾਂ ਨੂੰ ਜਿਹੜੇ ਗਰੀਬ ਲੋਕੀ ਇਹਨਾਂ ਨੂੰ ਸੂਟੇਬਲੀ ਕੰਪਨਸੇਟ ਜ਼ਰੂਰ ਕਰਨਾ ਚਾਹੀਦਾ ਤਾਂ ਕਿ ਉਹਨਾਂ ਦੇ ਜਿਹੜਾ ਫਾਈਨੈਂਸ਼ੀਅਲ ਬਰਡਨ ਉਹਨਾਂ ਦੀ ਫੈਮਿਲੀਆਂ ਤੇ ਨਾ ਪਵੇ। ਬਹੁਤ ਬਹੁਤ ਮਿਹਰਬਾਨੀ ਟੰਡਾ ਸਾਹਿਬ ਥੈਂਕ ਯੂ ਵੈਰੀ ਮਚ ਤੁਸੀਂ ਬਹੁਤ ਵਧੀਆ ਜਾਣਕਾਰੀ ਦਿੱਤੀ। ਥੈਂਕ ਯੂ ਵੈਰੀ ਮਚ।